ਦੋਸਤੋ ਨਿਊਟਨ ਆਈਨਸਟਾਈਨ ਨੇ ਗਲੀਲੀਓ ਦੇ ਨਾਮ ਤਾਂ ਤੁਹਾਨੂੰ ਸਭ ਨੂੰ ਯਾਦ ਹੋਣਗੇ, ਇੰਨਾ ਕੀ ਇਨਵੈਂਟ ਕੀਤਾ ਤੁਹਾਨੂੰ ਮੇ ਬੀ ਉਹ ਵੀ ਯਾਦ ਹੋਵੇ, ਬਟ ਅੱਜ ਜਿਸ ਇਨਸਾਨ ਦੀ ਗੱਲ ਇਸ ਵੀਡੀਓ ਥਰੂ ਮੈਂ ਕਰਨ ਜਾ ਰਿਹਾ, ਉਹ ਵੀ ਇਹਨਾਂ ਇਨਵੈਂਟਰਸ ਦੀ ਲਿਸਟ ਦਾ ਹੀ ਇੱਕ ਹਿੱਸਾ ਨੇ, ਜਿਨ੍ਹਾਂ ਦਾ ਨਾਮ ਹੈ ਡਾਕਟਰ ਨਰਿੰਦਰ ਸਿੰਘ ਕਪਾਨੀ। ਇਹਨਾਂ ਨੇ 1952 ਦੇ ਵਿੱਚ ਫਾਈਬਰ ਆਪਟਿਕਸ ਦੀ ਖੋਜ ਕੀਤੀ ਸੀ। ਆਓ ਜਾਣਦੇ ਹਾਂ ਕਿ ਫਾਈਬਰ ਆਪਟਿਕਸ ਹੈ ਕੀ। ਇੱਕ ਸਿਰ ਦੇ ਵਾਲ ਜਿੰਨੀ ਬਰੀਕ ਹੈ, ਇਹ ਉਹੀ ਫਾਈਬਰ ਆਪਟਿਕਸ ਹੈ ਜਿਹਦੀ ਬਦੌਲਤ ਅੱਜ ਅਸੀਂ ਇਸ ਹਾਈ ਸਪੀਡ ਇੰਟਰਨੈਟ ਨੂੰ ਯੂਜ਼ ਕਰ ਪਾ ਰਹੇ ਹਾਂ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕ ਦੂਜੇ ਨੂੰ ਵਿਦਿਨ ਸੈਕਿੰਡਸ ਕਾਲ ਕਰ ਪਾ ਰਹੇ ਹਾਂ। ਅੱਜ ਇਹ ਫਾਈਬਰ ਆਪਟਿਕਸ ਮੈਡੀਕਲ ਐਂਡ ਸਾਇੰਸ ਵਿੱਚ ਕਈ ਡਿਫਰੈਂਟ ਵੇਜ਼ ਨਾਲ ਯੂਜ਼ ਕੀਤੀ ਜਾਂਦੀ ਹੈ। ਕਈ ਇੰਟਰਨਲ ਬਾਡੀ ਪਾਰਟਸ ਦੇ ਟੈਸਟ ਵੀ ਇਸੇ ਫਾਈਬਰ ਆਪਟਿਕਸ ਦੀ ਹੈਲਪ ਨਾਲ ਹੀ ਪੋਸੀਬਲ ਹੁੰਦੇ ਨੇ। ਇਹ ਫਾਈਬਰ ਆਪਟਿਕਸ ਦਾ ਨਾਮ ਵੀ ਨਰਿੰਦਰ ਸਿੰਘ ਕਪਾਨੀ ਹੋਰਾਂ ਨੇ ਹੀ ਰੱਖਿਆ ਸੀ, ਜਿਹਦੇ ਕਰਕੇ ਇਹਨਾਂ ਨੂੰ ਫਾਦਰ ਆਫ ਫਾਈਬਰ ਆਪਟਿਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਝ ਲੋਕ ਡਾਕਟਰ ਕਪਾਨੀ ਨੂੰ ਮੈਨ ਹੂ ਬੈਂਟ ਦਾ ਲਾਈਟ ਦੇ ਨਾਮ ਨਾਲ ਵੀ ਜਾਣਦੇ ਨੇ, ਕਿਉਂਕਿ ਫਾਈਬਰ ਆਪਟਿਕਸ ਦੀ ਖੋਜ ਤੋਂ ਪਹਿਲਾਂ ਲਾਈਟ ਨੂੰ ਬੈਂਡ ਕਰਕੇ ਟਰੈਵਲ ਕਰਾਉਣਾ ਈਜ਼ੀ ਨਹੀਂ ਸੀ। ਆਓ ਅੱਜ ਜਾਣਦੇ ਹਾਂ ਇਹਨਾਂ ਦੀ ਲਾਈਫ ਦੇ ਬਾਰੇ। ਇਹ ਵੀ ਜਾਣਾਂਗੇ ਕਿ ਕਿਉਂ ਇੰਨੀ ਵੱਡੀ ਖੋਜ ਤੋਂ ਬਾਅਦ ਵੀ ਇਹਨਾਂ ਨੂੰ ਸਾਇੰਸ ਦਾ ਸਭ ਤੋਂ ਵੱਡਾ ਅਵਾਰਡ ਨੋਬਲ ਪ੍ਰਾਈਜ਼ ਇਹਨਾਂ ਦੀ ਬਜਾਏ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਜਾਣਾਂਗੇ ਕਿ ਕਿਹਨੇ ਮੋਟੀਵੇਟ ਕੀਤਾ ਸੀ ਇਸ ਸਰਦਾਰ ਨੂੰ ਇਸ ਫਾਈਬਰ ਆਪਟਿਕਸ ਦੀ ਇਨਵੈਂਸ਼ਨ ਦੇ ਲਈ, ਐਂਡ ਫਾਈਨਲੀ ਸਿੱਖ ਕੌਮ ਨੂੰ ਕੀ ਦੇਣ ਹੈ ਇਸ ਇਨਸਾਨ ਦੀ। ਸੋ ਬਣੇ ਰਹੋ ਟਿਲ ਐਂਡ, ਆਓ ਸ਼ੁਰੂ ਕਰਦੇ ਹਾਂ ਫਰੋਮ ਅ ਬਰੀਫ ਇੰਟਰੋਡਕਸ਼ਨ ਆਫ ਸਰਦਾਰ ਨਰਿੰਦਰ ਸਿੰਘ ਕਪਾਨੀ। ਮੋਗੇ ਜ਼ਿਲ੍ਹੇ ਵਿੱਚ ਅਕਤੂਬਰ 1926 ਨੂੰ ਪੈਦਾ ਹੋਏ ਡਾਕਟਰ ਕਪਾਨੀ ਨੇ ਦੇਹਰਾਦੂਨ ਤੋਂ ਸਕੂਲਿੰਗ, ਆਗਰਾ ਯੂਨੀਵਰਸਿਟੀ ਤੋਂ ਫਿਜ਼ਿਕਸ ਦੇ ਵਿੱਚ ਗ੍ਰੈਜੂਏਸ਼ਨ ਐਂਡ ਦੈਨ ਲੰਡਨ ਯੂਨੀਵਰਸਿਟੀ ਤੋਂ ਆਪਟਿਕਸ ਤੇ PhD ਕੀਤੀ। ਆਪਣੀ ਇਸ ਫਾਈਬਰ ਆਪਟਿਕਸ ਦੀ ਖੋਜ ਦੇ ਆਈਡੀਏ ਦੀ ਸਟੋਰੀ ਸੁਣਾਉਂਦੇ ਹੋਏ ਦੱਸਦੇ ਨੇ ਕਿ ਜਦੋਂ ਉਹ ਸਕੂਲ ਵਿੱਚ ਪੜ੍ਹਦੇ ਸਨ ਤਾਂ ਸਾਇੰਸ ਕਲਾਸ ਵਿੱਚ ਜਦੋਂ ਇਹਨਾਂ ਟੀਚਰ ਨੂੰ ਇੱਕ ਸਵਾਲ ਕੀਤਾ ਤੇ ਅੱਗਿਓਂ ਟੀਚਰ ਨੇ ਆਨਸਰ ਦੇਣ ਦੀ ਬਜਾਏ ਇਹਨਾਂ ਦੇ ਸਵਾਲ ਨੂੰ ਇਗਨੋਰ ਕਰ ਦਿੱਤਾ ਸੀ, ਬਸ ਉੱਥੋਂ ਹੀ ਆਪਣੇ ਉਸ ਸਵਾਲ ਦੇ ਜਵਾਬ ਨੂੰ ਲੱਭਦੇ ਲੱਭਦੇ ਇਹਨਾਂ ਨੇ ਫਾਈਬਰ ਆਪਟਿਕਸ ਦੀ ਇਨਵੈਂਸ਼ਨ ਕੀਤੀ। ਹੁਣ ਕੀ ਸੀ ਉਹ ਸਵਾਲ, ਆਓ ਇਹਨਾਂ ਦੀ ਜ਼ਬਾਨੀ ਹੀ ਸੁਣਦੇ ਹਾਂ। ਦੇਹਰਾਦੂਨ ਇਨ ਇੰਡੀਆ, ਵੈਨ ਆਈ ਕੇਮ ਵਿਦ ਦ ਥੌਟ ਦੈਟ ਲਾਈਟ ਸ਼ੁਡ ਟਰੈਵਲ ਨਾਟ ਓਨਲੀ ਇਨ ਸਟ੍ਰੇਟ ਲਾਈਨਸ ਬਟ ਆਲਸੋ ਕੈਨ ਬੀ ਕਰਵਡ, ਦ ਪ੍ਰੋਫੈਸਰ ਵਾਸ ਬੇਸਿਕਲੀ making the statement that light can only travel in straight lines. And sitting in the audience, I said to myself, I don't think that's true. ਇੱਕ ਇਹ ਸਵਾਲ ਮੈਨਕਾਈਂਡ ਲਈ ਇੰਨੀ ਵੱਡੀ ਇਨਵੈਂਸ਼ਨ ਕਰਵਾਊਗੀ ਕੌਣ ਸੋਚ ਸਕਦਾ ਸੀ, ਬਟ ਆਪਣੇ ਇਸ ਸਵਾਲ ਦਾ ਪਿੱਛਾ ਕਰਦੇ ਕਰਦੇ ਇਹ ਕੁਝ ਉਹਨਾਂ ਲੋਕਾਂ ਨੂੰ ਵੀ ਜਾ ਮਿਲੇ ਜਿਨ੍ਹਾਂ ਦੇ ਕੋਲ ਕੁਝ ਇੱਦਾਂ ਦੇ ਹੀ ਰਿਲੇਟਡ ਸਵਾਲ ਸਨ, ਐਂਡ ਆਖਿਰ ਉਹ ਇੱਕ ਦਿਨ ਆ ਹੀ ਗਿਆ ਜਦੋਂ ਇਹਨਾਂ ਵੱਲੋਂ ਇਹ ਇਨਵੈਂਸ਼ਨ ਕਰ ਦਿੱਤੀ ਗਈ। ਬਟ ਨੋ ਵਨ ਨੋਸ ਕਿ ਕਿਉਂ ਇਹਨਾਂ ਨੂੰ ਸਾਇੰਸ ਦੇ ਉਸ ਵੱਡੇ ਮੰਚ 'ਤੇ ਇਸ ਇਨਵੈਂਸ਼ਨ ਦਾ ਫਲ ਨਾ ਮਿਲਿਆ। ਐਂਡ ਹਿਸਟਰੀ ਦੇ ਵਿੱਚ ਫਾਈਬਰ ਆਪਟਿਕਸ ਦੇ ਇਨਵੈਂਟਰ ਅੱਗੇ ਇੱਕ ਚਾਈਨੀਜ਼ ਫਿਜ਼ਿਸਟ ਚਾਰਲਸ ਕਿਊਨ ਕਾਓ ਦਾ ਨਾਮ ਲਿਖ ਦਿੱਤਾ ਗਿਆ, ਕਿਉਂਕਿ 2009 ਦੇ ਵਿੱਚ ਇਸ ਚਾਈਨੀਜ਼ ਫਿਜ਼ਿਸਟ ਨੂੰ ਸਾਇੰਸ ਦਾ ਸਭ ਤੋਂ ਵੱਡਾ ਅਵਾਰਡ ਨੋਬਲ ਪ੍ਰਾਈਜ਼ ਮਿਲਿਆ ਸੀ। ਕਈ ਲੋਕ ਡਾਕਟਰ ਕਪਾਨੀ ਨੂੰ ਇਹ ਨੋਬਲ ਪ੍ਰਾਈਜ਼ ਨਾ ਮਿਲਣ ਪਿੱਛੇ ਅੱਡ ਰੀਜ਼ਨ ਦੱਸਦੇ ਨੇ, ਕੁਝ ਸਾਥੀ ਸਾਇੰਟਿਸਟ ਨਾਲ ਡਿਸਪਿਊਟ ਦੱਸਦੇ ਨੇ, ਯਾਨੀ ਕੁਝ ਰੇਸਿਜ਼ਮ, ਬਟ ਨੋ ਵਨ ਨੋਜ਼ ਦਾ ਰੀਅਲ ਰੀਜ਼ਨ ਬਿਹਾਈਂਡ ਇਟ। ਬਟ ਇਨ ਹੋਲ ਲਾਈਫ ਇਹਨਾਂ ਨੇ ਕਦੇ ਵੀ ਇਹ ਅਵਾਰਡ ਨਾ ਮਿਲਣ ਦਾ ਪਛਤਾਵਾ ਸ਼ੋਅ ਨਹੀਂ ਕੀਤਾ, ਹਾਲਾਂਕਿ ਉਹਨਾਂ ਦੇ ਸਮਕਾਲੀ ਕਈ ਵੱਡੇ ਵੱਡੇ ਸਾਇੰਟਿਸਟ ਉਹਨਾਂ ਵੱਲੋਂ ਕੀਤੀ ਇਸ ਇਨਵੈਂਸ਼ਨ ਦਾ ਸਿਰਾ ਨਰਿੰਦਰ ਸਿੰਘ ਕਪਾਨੀ ਨੂੰ ਹੀ ਦਿੰਦੇ ਨੇ। 1999 ਦੇ ਵਿੱਚ ਵੀ ਫੋਰਚੂਨ ਮੈਗਜ਼ੀਨ ਨੇ ਇਹਨਾਂ ਨੂੰ ਅਨਸੰਗ ਹੀਰੋ ਆਫ 20th ਸੈਂਚਰੀ ਦੇ ਨਾਮ ਹੇਠ ਇੱਕ ਆਰਟੀਕਲ ਵੀ ਛਾਪਿਆ ਸੀ। ਹੁਣ ਥੋੜ੍ਹਾ ਰਿਵਾਇੰਡ ਕਰਕੇ ਜੇ ਤੁਹਾਨੂੰ ਫਿਰ ਉਹਨਾਂ ਦੀ ਲਾਈਫ ਵਿੱਚ ਪਿੱਛੇ ਲੈ ਕੇ ਚੱਲੀਏ ਤਾਂ ਦੱਸ ਦਈਏ ਕਿ ਫਾਈਬਰ ਆਪਟਿਕਸ ਦੀ ਇਨਵੈਂਸ਼ਨ ਤੋਂ ਬਾਅਦ ਜਦੋਂ ਉਹ ਵਾਪਸ ਇੰਡੀਆ ਜਾਣ ਦਾ ਪਲਾਨ ਕਰ ਰਹੇ ਸਨ, ਜਿੱਥੇ ਇੰਡੀਆ ਦੇ ਫਸਟ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਇਹਨਾਂ ਨੂੰ ਸਾਇੰਟੀਫਿਕ ਐਡਵਾਈਜ਼ਰ ਦੀ ਪੋਜੀਸ਼ਨ ਆਫਰ ਕਰ ਰਹੇ ਸੀ, ਐਂਡ ਉੱਥੇ ਹੀ ਇੱਕ ਅਮਰੀਕਨ ਸਾਇੰਟਿਸਟ ਇਹਨਾਂ ਨੂੰ ਫਾਈਬਰ ਆਪਟਿਕਸ ਤੇ ਅੱਗੇ ਰਿਸਰਚ ਕਰਨ ਲਈ 2 ਕੁ ਸਾਲ ਅਮਰੀਕਾ ਮੂਵ ਹੋਣ ਲਈ ਮਨਾ ਰਿਹਾ ਸੀ। ਸੋ ਇਨ ਫਾਈਨਲ ਉਹਨਾਂ ਨਹਿਰੂ ਵੱਲੋਂ ਕੀਤੀ ਆਫਰ ਠੁਕਰਾਈ, ਐਂਡ ਅਮਰੀਕਾ ਦੀ ਸਿਲੀਕੋਨ ਵੈਲੀ ਵਿੱਚ ਮੂਵ ਹੋ ਗਏ, ਜਿੱਥੇ ਉਹਨਾਂ ਆਪਟਿਕਸ ਟੈਕਨੋਲੋਜੀ ਨਾਮ ਦੀ ਕੰਪਨੀ ਓਪਨ ਕੀਤੀ, ਐਂਡ ਕਈ ਨਾਮੀ ਕਾਲਜ ਯੂਨੀਵਰਸਿਟੀਜ਼ ਵਿੱਚ ਐਜ਼ ਐਨ ਪ੍ਰੋਫੈਸਰ ਪੜ੍ਹਾਉਣਾ, ਐਂਡ ਆਪਣੀ ਫਰਦਰ ਰਿਸਰਚ ਦਾ ਕੰਮ ਕਰਨਾ ਸਟਾਰਟ ਕੀਤਾ। ਇਹ ਨਰਿੰਦਰ ਸਿੰਘ ਕਪਾਨੀ ਇੱਕ ਮਲਟੀ ਸਕਿੱਲਡ ਇਨਸਾਨ ਸਨ, ਕਿਉਂਕਿ ਇਹ ਪਹਿਲਾਂ ਫਿਜ਼ਿਕਸ ਤੋਂ ਇਨਵੈਂਟਰ ਬਣੇ, ਐਂਡ ਦੈਨ ਇਨਵੈਂਟਰ ਤੋਂ ਐਂਟਰਪ੍ਰਨੋਰ, ਫਿਰ ਪ੍ਰੋਫੈਸਰ, ਆਥਰ, ਐਂਡ ਇਹ ਇੱਕ ਰਿਲੀਜੀਅਸ ਪਰਸਨ ਤਾਂ ਸ਼ੁਰੂ ਤੋਂ ਹੀ ਸਨ, ਕਿਉਂਕਿ ਜਿੱਥੇ ਇਹਨਾਂ ਸਾਇੰਸ ਲਈ ਇੰਨਾ ਕੁਝ ਕੀਤਾ, ਐਂਡ ਉੱਥੇ ਹੀ ਅਮਰੀਕਾ ਵਿੱਚ ਰਹਿੰਦਿਆਂ ਹੋਇਆਂ ਆਪਣੀ ਸਿੱਖ ਕੌਮ ਲਈ 1967 ਵਿੱਚ ਇੱਕ ਸਿੱਖ ਫਾਊਂਡੇਸ਼ਨ ਨਾਮ ਦੀ ਆਰਗੇਨਾਈਜੇਸ਼ਨ ਵੀ ਸਟੈਬਲਿਸ਼ ਕੀਤੀ, ਜਿਹਦਾ ਮੇਨ ਕੰਮ ਸੀ ਨੌਨ ਸਿੱਖ ਲੋਕਾਂ ਨੂੰ ਸਿੱਖਿਜ਼ਮ ਬਾਰੇ ਅਵੇਅਰ ਕਰਨਾ, ਐਂਡ ਸਿੱਖ ਲੈਗੇਸੀ ਨੂੰ ਪ੍ਰਮੋਟ ਕਰਨਾ। ਉਹਦੇ ਲਈ ਇਹਨਾਂ ਨੇ ਆਪਣੇ ਪਰਿਵਾਰ ਵੱਲੋਂ ਸਾਂਭੀਆਂ ਕਈ ਬੇਸ਼ਕੀਮਤੀ ਪੇਂਟਿੰਗਸ, ਐਂਡ ਕਈ ਸਿੱਖ ਹੈਰੀਟੇਜ ਨਾਲ ਜੁੜੀਆਂ ਕਈ ਹੋਰ ਚੀਜ਼ਾਂ ਵੀ ਅਮਰੀਕਾ, ਕੈਨੇਡਾ ਨੇ ਯੂਰਪ ਦੇ ਕੁਝ ਫੇਮਸ ਮਿਊਜ਼ੀਅਮਸ ਵਿੱਚ ਸਟੋਰ ਕੀਤੀਆਂ, ਐਂਡ ਇਹਨਾਂ ਥਰੂ ਹੀ ਸਿੱਖ ਆਰਟ ਐਂਡ ਸਿੱਖ ਲਾਈਫ ਸਟਾਈਲ ਨੂੰ ਦੁਨੀਆ ਅੱਗੇ ਐਕਸਪਲੇਨ ਕਰਨਾ ਸਟਾਰਟ ਕੀਤਾ। ਇਸ ਸਿੱਖ ਸਰਦਾਰ ਦੇ ਕੋਲ 120 ਤੋਂ ਵੀ ਵੱਧ ਪੇਟੈਂਟ ਹੋਣ ਦੇ ਨਾਲ ਨਾਲ ਇਹ ਨੈਸ਼ਨਲ ਇਨਵੈਂਟਰ ਕਾਊਂਸਲ ਦੇ ਮੈਂਬਰ ਵੀ ਸਨ। ਆਪਣੀ ਲਾਈਫ ਟਾਈਮ ਦੇ ਵਿੱਚ ਇਹਨਾਂ ਨੇ 100 ਤੋਂ ਵੀ ਜ਼ਿਆਦਾ ਸਾਇੰਟਿਫਿਕ ਪੇਪਰ ਲਿਖੇ, ਐਂਡ ਆਪਟੋ ਇਲੈਕਟ੍ਰੋਨਿਕ ਪਲੱਸ ਐਂਟਰਪ੍ਰਨੋਰਸ਼ਿਪ ਤੇ 4 ਕਿਤਾਬਾਂ ਵੀ ਲਿਖੀਆਂ। ਜ਼ਿੰਦਗੀ ਦਾ ਬਹੁਤਾ ਟਾਈਮ ਇਹਨਾਂ ਨੇ ਇੰਗਲੈਂਡ ਐਂਡ ਦੈਨ ਅਮਰੀਕਾ ਵਿੱਚ ਸਪੈਂਡ ਕੀਤਾ। ਆਪਣੀ ਜ਼ਿੰਦਗੀ ਦੇ ਆਖਰੀ ਸਾਹ ਵੀ ਇਹਨਾਂ ਨੇ ਦਸੰਬਰ 2020 ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿੱਚ ਹੀ ਲਏ। ਇਹਨਾਂ ਨੇ ਆਪਣੇ ਲਾਈਫ ਟਾਈਮ ਦੇ ਵਿੱਚ ਆਪਟਿਕਸ ਨੂੰ ਡੈਡੀਕੇਟਡ ਕੁਝ ਕੰਪਨੀਜ਼ ਵੀ ਰਨ ਕੀਤੀਆਂ, ਜਿਨ੍ਹਾਂ ਵਿੱਚ ਇੱਕ ਪਬਲਿਕ
ਪਬਲਿਕ ਵੀ ਕੀਤੀ। ਟਾਈਮ ਟੂ ਟਾਈਮ ਇਹ ਸਾਇੰਸ ਪ੍ਰੋਜੈਕਟਸ ਲਈ ਮਿਲੀਅਨਸ ਆਫ ਡਾਲਰ ਡੋਨੇਟ ਕਰਦੇ ਰਹੇ। 2021 ਦੇ ਵਿੱਚ ਇਹਨਾਂ ਨੂੰ ਇੰਡੀਅਨ ਗਵਰਨਮੈਂਟ ਨੇ ਸੈਕਿੰਡ ਹਾਈਐਸਟ ਸਿਵਿਲੀਅਨ ਅਵਾਰਡ ਪਦਮ ਵਿਭੂਸ਼ਣ ਨਾਲ ਆਨਰ ਵੀ ਕੀਤਾ ਸੀ। ਸੋ ਦੋਸਤੋ, ਆਪਣੀ ਕੌਮ ਦੀਆਂ ਇੰਨੀਆਂ ਮਹਾਨ ਹਸਤੀਆਂ ਬਾਰੇ ਜ਼ਰੂਰ ਪੜਿਆ ਕਰੋ, ਤੁਹਾਨੂੰ ਪੈਰ ਪੈਰ 'ਤੇ ਇਹਨਾਂ ਕੋਲੋਂ ਕਈ ਗੁਰ ਸਿੱਖਣ ਨੂੰ ਮਿਲਣਗੇ। ਇਸ ਵੀਡੀਓ ਨੂੰ ਹਰ ਉਸ ਇਨਸਾਨ ਨਾਲ ਸ਼ੇਅਰ ਕਰਿਓ ਜਿਨ੍ਹਾਂ ਨੂੰ ਸ਼ਾਇਦ ਹੀ ਨਰਿੰਦਰ ਸਿੰਘ ਕਪਾਨੀ ਬਾਰੇ ਕੁਝ ਪਤਾ ਹੋਵੇ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਕਪਾਨੀਸ ਕੰਟਰੀਬਿਊਸ਼ਨਸ, ਦ ਅਰਲੀ ਪਾਇਓਨੀਅਰਿੰਗ ਕੰਟਰੀਬਿਊਸ਼ਨਸ ਆਰ ਡੈਫੀਨਿਟਲੀ ਦ key to the success and of the development of the internet.